ਰੱਖੇ ਰੱਖਣ ਹਾਰ ਆਪ ਉਬਾਰਿਆਨ ਰੱਖੇ ਰੱਖਣ ਹਾਰ ਆਪ ਉਬਾਰਿਆਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ ਸਾਧ ਜਨਾ ਕੈ ਸੰਗ ਭਵ ਜਲ ਤਾਰਿਆਨ ਸਚੇ ਪਾਤਸ਼ਾਹ ਸਤਗੁਰੂ ਅਰਜਨ ਦੇਵ ਜੀ ਵਚਨ ਕਰਦੇ ਨੇ ਰੱਖੇ ਰੱਖਣ ਹਾਰ ਆਪ ਉਬਾਰਿਆਨ ਪ੍ਰਭੂ ਨੇ ਆਪ ਰੱਖਿਆ ਕੀਤੀ ਆਪ ਬਚਾਇਆ ਕਿਵੇਂ ਗੁਰ ਕੀ ਪੈਰੀ ਪਾਏ ਕਾਜ ਸਵਾਰਨ ਗੁਰੂ ਦੇ ਚਰਨੀ ਲਾ ਕੇ ਗੁਰੂ ਦੇ ਚਰਨੀ ਲੱਗਣਾ ਅਤਿਅੰਤ ਜ਼ਰੂਰੀ ਹੈ ਗੁਰ ਕੀ ਪੈਰੀ ਪਾਏ ਕਾਜ ਸਵਾਰਨ ਤੇ ਪੈਰ ਕੀ ਦੇ ਹੁੰਦੇ ਨੇ ਪੈਰ ਤੇ ਦੇਹ ਧਾਰੀ ਦੇ ਹੁੰਦੇ ਨੇ ਗੁਰੂ ਦੇ ਚਰਨੀ ਲਾ ਕੇ ਕੰਮ ਸਵਾਰਿਆ ਕਿਹੜਾ ਸਾਧ ਜਨਾਂ ਕੈ ਸੰਗ ਭਵਜਲ ਤਾਰਿਆ ਸਾਧਾ ਸੰਤਾਂ ਨੂੰ ਮਿਲਾ ਕੇ ਮਨੁੱਖ ਨੂੰ ਵਜਲ ਤੋਂ ਪਾਰ ਉਤਾਰਾ ਕਰ ਦਿੱਤਾ ਸੋ ਸਾਧ ਸੰਗਤ ਜੀ ਇਸ ਕਰਕੇ ਗੁਰੂ ਚਰਨੀ ਲੱਗਣਾ ਸਾਧ ਸੰਗਤ ਕਰਨੀ અત્યੰਤ ਜ਼ਰੂਰੀ ਹੈ ਤਾਂ ਕਿ ਸਾਡਾ ਪਾਰ ਉਤਾਰਾ ਹੋ ਜਾਵੇ ਸਾਡਾ ਜਨਮ ਮਰਨ ਦਾ ਚੱਕਰ ਕੱਟਿਆ ਜਾਵੇ ਅਤੇ ਸਾਡੇ ਸਾਰੇ ਕਰ ਜਿਹੜੇ ਨੇ ਉਹ ਰਾਸ ਹੋ ਜਾਵਣ ਜਿਵੇਂ ਮੈਂ ਆਪ ਜੀ ਨੂੰ ਕੱਲ ਵੀ ਬੇਨਤੀ ਕੀਤੀ ਸੀ ਨਾ ਕਿ ਸੰਤ ਜਨਾ ਮੇਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗੁਆਇਓ ਕਰੋੜਾ ਜਨਮਾਂ ਦੇ ਦੁੱਖ ਮਿਟ ਜਾਂਦੇ ਨੇ ਇੱਕ ਜਨਮ ਦੇ ਨਹੀਂ ਦੋ ਦੇ ਨਹੀਂ ਤੇ ਜੋ ਇੱਛੇ ਸੋ ਹੀ ਫਲ ਪਾਇਓ ਜੋ ਵੀ ਮਨ ਵਿੱਚ ਇੱਛਾ ਸੀ ਉਹੋ ਹੀ ਫਲ ਪ੍ਰਾਪਤ ਹੋ ਸੋ ਇਸ ਕਰਕੇ ਗੁਰੂ ਦੇ ਚਰਨੀ ਲੱਗਣਾ ਸਾਧ ਸੰਗਤ ਕਰਨੀ ਸਾਧਾਂ ਨਾਲ ਮਿਲ ਕੇ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਾਧ ਸੰਗਤ ਬੈਕੁੰਠ ਹੈ ਆ ਇਹਨਾਂ ਚੀਜ਼ਾਂ ਦੀ ਗੁਰਬਾਣੀ ਅਨਸਾਰ ਬਹੁਤ ਵੱਡੀ ਮਹੱਤਤਾ ਇਸ ਕਰਕੇ ਪਿਆਰਿਓ ਸਾਥ ਸੰਗਤ ਵਿੱਚ ਮਿਲ ਕੇ ਨਾਮ ਜਪਿਆ ਕਰੋ ਤਾਂ ਕਿ ਆਪ ਜੀ ਦੇ ਸਾਰੇ ਮਨੋ ਕਾਮਨਾਵਾਂ ਸਤਿਗੁਰੂ ਜੀ ਰਾਸ ਕਰਨ ਕਿਰਪਾ ਕਰਨ ਪ੍ਰਵਾਨ ਕਰਨ ਜਿਹੜੇ ਏਡੀ ਦੂਰ ਨਹੀਂ ਆ ਸਕਦੇ ਉਹ ਉੱਥੇ ਦੋ ਚਾਰ ਸਰੀਰ ਮਿਲ ਕੇ ਕਰ ਲੈਣ ਘਰ ਵਿੱਚ ਵੀ ਨਾਮ ਜਪ ਲਓ ਤਾਂ ਵੀ ਠੀਕ ਹੈ ਇਕੱਲੇ ਬੈਠ ਕੇ ਵੀ ਠੀਕ ਹੈ ਪਰ ਇਹ ਹੈ ਕਿ ਜੇ ਆਪਾਂ ਕਰਦੇ ਦੋ ਚਾਰ ਜੀ ਵੀ ਰਲ ਜਾਈਏ ਉਹਦਾ ਵੀ ਲਾਭ ਹੀ ਲਾਭ ਹੈ ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ ਸਾਧ ਸੰਗਤ ਵਿੱਚ ਬੜੇ ਕਾਰਨਾ ਕਰਕੇ ਆਇਆ ਜਾਂਦਾ ਕੋਈ ਤੇ ਵਧੀਆ ਪ੍ਰਸ਼ਾਦ ਲੈਣ ਆਉਂਦਾ ਕੋਈ ਕੁੜੀਆਂ ਵੇਖਣ ਆਉਂਦਾ ਕੋਈ ਮੁੰਡੇ ਵੇਖਣ ਆਉਂਦਿਆਂ ਨੇ ਇਹ ਦੋਵੇਂ ਪਾਸੇ ਹੁੰਦਾ ਹੀ ਹੁੰਦਾ ਤੇ ਕੋਈ ਇੱਥੇ ਮੌਜ ਮੇਲਾ ਕਰਨ ਆਉਂਦੇ ਨੇ ਕਈ ਕੀਰਤਨ ਸੁਣਨ ਆਉਂਦੇ ਨੇ ਕਈ ਨਾਮ ਜਪਣ ਆਉਂਦੇ ਨੇ ਕਈ ਆਪਣੀ ਮਨੋ ਕਾਮਨਾ ਪੂਰੀ ਕਰਨ ਵਾਸਤੇ ਆਉਂਦੇ ਨੇ ਇਸ ਤਰ੍ਹਾਂ ਕਰਕੇ ਵੱਖੋ ਵੱਖਰੇ ਕਾਰਨ ਵੱਖੋ ਵੱਖਰੀਆਂ ਮਨੋ ਭਾਵਨਾਵਾਂ ਅਸੀਂ ਆਪਣੇ ਮਨ 'ਚ ਰੱਖ ਕੇ ਆਉਨੇ ਆ ਪਰੰਤੂ ਸਾਡੀ ਭਾਵਨਾ ਉਸ ਨੂੰ ਫਲ ਲੱਗਣਾ ਜਿਸ ਭਾਵਨਾ ਦੇ ਅਨਸਾਰ ਸਾਡੀ ਬਿਰਤੀ ਟਿੱਕੀ ਹੋਵੇ ਜੇ ਸਾਡੀ ਬਿਰਤੀ ਟਿੱਕੀ ਹੋਏਗੀ ਕਿ ਇਥੇ ਸੋਹਣਾ ਮੁੰਡਾ ਕਿਹੜਾ ਆਇਆ ਕੁੜੀ ਨੇ ਉਹ ਲੱਭਣਾ ਤੇ ਫਿਰ ਉਸ ਪਾਸੇ ਨੂੰ ਧਿਆਨ ਹੋਵੇਗਾ ਤਾਂ ਉਹ ਮੁੰਡਾ ਵੀ ਲੱਭ ਸਕਦਾ ਕੁੜੀ ਮੁੰਡਾ ਕੁੜੀ ਨੂੰ ਵੇਖਣ ਆਇਆ ਹੋਵੇਗਾ ਤਾਂ ਉਹ ਵੀ ਲੱਭ ਜਾਏਗੀ ਜੇ ਕੋਈ ਵਧੀਆ ਜੋੜਾ ਚੁੱਕਣ ਆਇਆ ਤੇ ਉਹਦੀ ਬਿਰਤੀ ਉੱਥੇ ਟਿੱਕੀ ਹੋਣੀ ਹੈ ਉਹਨੇ ਉਹ ਵੀ ਲੱਭ ਲੈਣਾ ਕੋਈ ਸੱਜਣ ਮੰਦਰ ਵਿੱਚ ਗਿਆ ਜਿਸ ਤਰ੍ਹਾਂ ਪਿੰਡਾਂ ਵਿੱਚ ਛੋਟੇ ਛੋਟੇ ਮੰਦਰ ਹੁੰਦੇ ਨੇ ਉੱਥੇ ਗਿਆ ਕੋਈ ਸੱਜਣ ਉਹ ਥੋੜਾ ਜਿਹਾ ਪਿੱਛੇ ਦੂਰ ਹੋ ਕੇ ਬੈਠਾ ਮੂਰਤੀ ਤੋਂ ਦਰਵਾਜੇ ਦੇ ਕੋਲ ਹੀ ਬੈਠਾ ਰਿਹਾ ਗਾਂ ਨਾ ਗਿਆ ਉੱਥੇ ਬੈਠ ਕੇ ਹੀ ਮੱਥਾ ਟੇਕ ਲਿਆ ਤੇ ਵਾਰ-ਵਾਰ ਪਿੱਛੇ ਨੂੰ ਵੇਖੇ ਉਹਨੂੰ ਕਿਸੇ ਨੇ ਪੁੱਛਿਆ ਵੀ ਤੂੰ ਕੀ ਵੇਨਾ ਆਂਦਾ ਮੈਂ ਆਪਣੇ ਜੋੜੇ ਦਾ ਧਿਆਨ ਰੱਖਦਾ ਉਹ ਆਂਦਾ ਤੂੰ ਇੱਥੇ ਭਗਵਾਨ ਦੇ ਦਰਸ਼ਨ ਕਰਨ ਆਇਆ ਕਿ ਤੂੰ ਜੋੜੇ ਦਾ ਧਿਆਨ ਰੱਖਣਾ ਹੈ ਉਹ ਆਂਦਾ ਵੇਖ ਭਗਵਾਨ ਨੇ ਤੇ ਕੱਲ ਨੂੰ ਇੱਥੇ ਹੀ ਰਹਿਣਾ ਕਿਉਂਕਿ ਮੰਦਰ ਵਿੱਚ ਮੂਰਤੀ ਸੀ ਨਾ ਅਸਲੀ ਭਗਵਾਨ ਥੋੜਾ ਆਇਆ ਸੀ ਉਹਦਾ ਭਗਵਾਨ ਤੇ ਕੱਲ ਨੂੰ ਵੀ ਇੱਥੇ ਹੋਏਗਾ ਪਰਸੋਂ ਨੂੰ ਵੀ ਇੱਥੇ ਹੋਏਗਾ ਤੇ ਜੁੱਤੀ ਤੇ ਨਹੀਂ ਨਾ ਮੇਰੀ ਲੱਭਣੀ ਮੁੜ ਕੇ ਸੋ ਇਸ ਕਰਕੇ ਅਸੀਂ ਕਿਸ ਭਾਵਨਾ ਨਾਲ ਆਉਨੇ ਆ ਬਿਰਤੀ ਸਾਡੀ ਕਿਸ ਚੀਜ਼ ਵਿੱਚ ਟਿਕਦੀ ਏ ਜਿਸ ਭਾਵਨਾ ਕਰਕੇ ਆਉਨੇ ਆ ਜਿਸ ਚੀਜ਼ ਵਿੱਚ ਬਿਰਤੀ ਟਿਕੇਗੀ ਉਹਦੇ ਵਾਸਤੇ ਹੀ ਉਸੇ ਚੀਜ਼ ਦੀ ਸਾਨੂੰ ਪ੍ਰਾਪਤੀ ਹੋਏਗੀ ਉਹ ਕਿੰਨੀ ਪ੍ਰਾਪਤੀ ਹੁੰਦੀ ਹੈ ਉਹ ਤਾਂ ਸਾਡੇ ਬਿਰਤੀ ਟਿਕਣ ਤੇ ਸਾਡੇ ਅਭਿਆਸ ਤੇ ਸਾਡੀ ਮਿਹਨਤ ਤੇ ਕਈ ਕਾਰਨਾਂ ਤੇ ਨਿਰਭਰ ਹੁੰਦੀ ਹੈ ਔਰ ਸਾਰਾ ਕੁਝ ਕਰਕੇ ਫਿਰ ਜਿਨੇ ਉਹ ਸਾਡੀ ਮਨੋ ਕਾਮਨਾ ਪੂਰੀ ਕਰਨੀ ਹੈ ਫਿਰ ਅਗੋਂ ਉਹਦੀ ਵੀ ਮਰਜ਼ੀ ਤੇ ਆ ਜਾਂਦੀ ਹੈ ਕਰ ਨਿਰਾਪura ਸਾਡੀ ਮਿਹਨਤ ਸਾਡੀ ਭਾਵਨਾ ਤੇ ਹੀ ਨਹੀਂ ਅਗੋਂ ਉਹਦੀ ਵੀ ਮਰਜ਼ੀ ਹੈ ਉਹਦੀ ਖੁਸ਼ੀ ਹੋਵੇ ਤੇ ਤਾਂ ਹੀ ਹੈ ਨਾ ਵੀ ਹਾਂ ਭਾਈ ਦਿੱਤਾ ਤੁਹਾਨੂੰ ਸੋ ਇਸ ਕਰਕੇ ਪਿਆਰਿਓ ਆਪਾਂ ਆਪਣੀਆਂ मनोकामनावा अपनी इच्छावां नु शुभ इच्छावां ਲੈ ਕੇ ਆਈਏ ਬਿਰਤੀ ਉਹਨਾਂ ਦੇ ਅਨਸਾਰ ਟਿਕਾਈਏ ਆਪਣੇ ਸਤਿਗੁਰੂ ਦੇ ਸਰੂਪ ਵਿੱਚ ਗੁਰ ਕੀ ਮੂਰਤ ਮਨ ਮੈਂ ਧਿਆਨ ਸਤਿਗੁਰ ਕੀ ਮੂਰਤ ਹਿਰਦੇ ਵਸਾਏ ਮਨ ਇੱਛੇ ਸੇਈ ਭਲ ਪਾਏ ਸਤਿਗੁਰੂ ਦੀ ਮੂਰਤੀ ਸਤਿਗੁਰੂ ਦਾ ਸਰੂਪ ਮੂਰਤੀ ਤੋਂ ਭਾਵ ਸਤਿਗੁਰੂ ਦਾ ਸਰੂਪ ਜੇ ਬਿਨਾ ਸਾਹਮਣੇ ਤਸਵੀਰ ਰੱਖੀ ਤੋਂ ਵੀ ਸਾਡੇ ਅੰਦਰ ਵਸੇ ਦਿਲ ਕੇ ਆਇਨੇ ਮੇ ਹੈ ਤਸਵੀਰੇ ਯਾਰ ਜਰਾ ਗਰਦਨ ਝੁਕਾਈ ਤੋਂ ਦੇਖ ਲਈ ਸੋ ਇਸ ਕਰਕੇ ਜੇ ਸਾਡੇ ਅੰਦਰ ਗੁਰੂ ਦਾ ਵਾਸ ਹੋਵੇ ਜਿਵੇਂ ਸ਼ਾਇਰ ਨੇ ਲਿਖਿਆ ਨਾ ਵੀ ਜਰਾ ਕਿ ਮੈਂ ਸਿਰ ਨੀਵਾ ਕੀਤਾ ਤੇ ਮੈਨੂੰ ਆਪਣੇ ਅੰਦਰ ਹੀ ਮੇਰਾ ਪ੍ਰੀਤਮ ਦਿਖ ਪਿਆ ਜੇ ਅਸੀਂ ਆਪਣੇ ਸਤਿਗੁਰੂ ਨੂੰ ਆਪਣਾ ਪ੍ਰੀਤਮ ਮਹਿਬੂਬ ਬਣਾ ਕੇ ਪਿਆਰ ਕਰਾਂਗੇ ਫਿਰ ਉਹਦੇ ਤੇ ਅਭਿਆਸ ਕਰਾਂਗੇ ਉਸ ਚੀਜ਼ ਦਾ ਅਭਿਆਸ ਕਰਦੇ ਕਰਦੇ ਜਦੋਂ ਉਹਦਾ ਸਰੂਪ ਸਾਡੇ ਅੰਦਰ ਵਸੇਗਾ ਫਿਰ ਭਾਈ ਉਹ ਹੀ ਅਵਸਥਾ ਹੋ ਜੇਗੀ ਕਿ ਜਿڑا ਗਰਦਨ ਝੁਕਾਈ ਤੋ ਦੇਖ ਲਈ ਜਿਵੇਂ ਹੀਰ ਦਾ ਰਾਂਝੇ ਨਾਲ ਪਿਆਰ ਸੀ ਭਾਵੇਂ ਉਹ ਇਸ਼ਕ ਮਜਾਜੀ ਸੀ ਦੁਨੀਆਦਾਰੇ ਦਾ ਸੀ ਪਰ ਸ੍ਰੀ ਦਸ਼ਮ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਹੋਇਆ ਕਿ 101 74 ਹੈ ਸ਼ਾਇਦ ਉੱਥੇ ਲਿਖਿਆ ਹੋਇਆ ਹੈ ਕਿ ਹੀਰ ਕਹਿੰਦੀ ਹੈ ਉਠਤ ਬੈਠਤ ਸੋਵਤ ਜਾਗਤ ਰਾਂਝਣ ਮੋਹਿ ਚੈਨ ਨਾ ਦੇਹੀ ਉੱਠਦਿਆਂ ਬੈਂਦਿਆਂ ਸੁੱਤਿਆਂ ਜਾਗਦਿਆਂ ਮੈਨੂੰ ਆਰਾਮ ਨਹੀਂ ਕਰਨ ਦਿੰਦਾ ਰਾਂਝਾ ਕਿਉਂ ਕੀ ਹੁੰਦਾ ਜੇ ਮੈਂ ਉਹਨੂੰ ਮਿਲਣ ਨਹੀਂ ਜਾਂਦੀ ਘਰੇ ਹੀ ਬੈਠ ਰਵਾਂ ਜਉ ਹਟ ਬੈਠ ਰਹੋ ਗ੍ਰਹਿ ਮੈਂ ਵੀ ਬੈਠ ਰਹਾ ਹਿਏ ਮੈਂ ਪਹਿਲੇ ਹੀ ਜਿਵੇਂ ਘਰੇ ਬੈਠੀ ਰਵਾਂ ਤਾਂ ਉਹ ਮੇਰੇ ਹਿਰਦੇ ਚ ਪਹਿਲਾਂ ਹੀ ਹੁੰਦਾ ਸੋ ਭਾਵੇਂ ਹੈਗਾ ਕਿ ਜਦੋਂ ਇਹ ਅਵਸਥਾ ਹੋ ਜਾਂਦੀ ਏ ਅਭਿਆਸ ਕਰ ਕਰਕੇ ਜੇ ਸੰਸਾਰਿਕ ਪ੍ਰੇਮ ਚ ਹੋ ਸਕਦੀ ਏ ਤਾਂ ਗੁਰੂ ਪ੍ਰੇਮ ਚ ਕਿਉਂ ਨਹੀਂ ਹੋ ਸਕਦੀ ਅਸੀਂ ਪ੍ਰੇਮ ਕਰਕੇ ਅਭਿਆਸ ਤਾਂ ਕਰੀਏ ਨਾ ਫਿਰ ਪਤਾ ਲੱਗਦਾ ਜਦੋਂ ਇਹ ਅਵਸਥਾ ਹੋ ਜਾਂਦੀ ਹੈ ਫਿਰ ਇਹ ਹੈ ਕਿ ਗੁਰੂ ਮੇਰੇ ਸੰਗ ਸਦਾ ਹੀ ਨਾਲੇ ਸਿਮਰ ਸਿਮਰ ਤਿਸ ਸਦਾ ਸਮਾਲ ਲੈ ਸਤਗੁਰੂ ਤਾਂ ਮੇਰੇ ਨਾਲ ਹੀ ਹੈਗਾ ਸੋ ਆਪ ਜੀ ਇੱਥੇ ਆਉਂਦੇ ਹੋ ਤੜਕੇ ਉੱਠ ਕੇ ਵਰਤੀ ਟਿਕਾਉਣ ਦੀ ਕੋਸ਼ਿਸ਼ ਕਰੋ ਵਰਤੀ ਟਿਕਾ ਕੇ ਸਤਗੁਰੂ ਦਾ ਸਰੂਪ ਆਪਣੇ ਅੰਦਰ ਵਸਾਓ ਤੇ ਸਤਗੁਰੂ ਨਾਲ ਪ੍ਰੇਮ ਕਰੋ ਪ੍ਰੇਮ ਨਾਲ ਜਦੋਂ ਅੰਦਰ ਵਸੇਗਾ ਨਾ ਫਿਰ ਉਹ ਨਿਕਲਦਾ ਨਹੀਂਗਾ ਅੰਦਰ ਸੋ ਇਸ ਕਰਕੇ ਆਪਣੀ ਬਿਰਤੀ ਨੂੰ ਟਿਕਾਓ ਆਪਣੇ ਸਤਿਗੁਰੂ ਨਾਲ ਪ੍ਰੇਮ ਕਰੋ ਤੇ ਪ੍ਰੇਮ ਕਰਕੇ ਉਹਦਾ ਸਰੂਪ ਅੰਦਰ ਵਸਾਓ ਸਤਿਗੁਰ ਕੀ ਮੂਰਤ ਹਿਰਦੇ ਵਸਾਏ ਜਦੋਂ ਉਹ ਅੰਦਰ ਵਸ ਜੇਗੀ ਫਿਰ ਜੋ ਇੱਛੇ ਸੋਈ ਫਲ ਪਾਏ ਜੋ ਮਨੋਂ ਕਾਮਨਾ ਹੋਏਗੀ ਸਾਰੀਆਂ ਹੀ ਸਤਿਗੁਰੂ ਜੀ ਪੂਰੀਆਂ ਕਰਨਗੇ ਹੁਣ ਸਾਰੇ ਹੀ ਆਖੋ ਧੰ ਸਤਿਗੁਰੂ RAM DAS ਜੀ ਫੇਰ ਆਖੋ ਧੰ ਸਤਿਗੁਰੂ ਪ੍ਰਤਾਪ ਸਿੰਘ ਜੀ Sat City